ਹਾਂਜੀ ਕਿੱਦਾਂ ਸਾਰੇ? ਤੇ ਵੀਡੀਓ ਆ ਜੀ ਇੱਕ, ਤੇ ਸ਼ੇਅਰ ਤੁਹਾਨੂੰ ਕਰਨੀ ਪੈਣੀ ਆ ਕਿਉਂਕਿ ਗੱਲਾਂ ਹੀ ਇਸ 'ਚ ਇਹੋ ਜਿਹੀਆਂ। ਤੇ ਮੈਂ ਗੱਲਾਂ ਤਾਂ ਹੋਰ ਕਰਨੀਆਂ ਸੀ ਪਰ ਗੋਲਡੀ ਠੱਗ ਦਾ ਵੀ ਵਿੱਚ ਗੱਲ ਹੋਊਗੀ। ਕਹਿੰਦੇ ਹਿਸਾਬ ਦਿੱਤਾ ਤੇ ਕਸਮਾਂ ਖਾਂਦਾ ਅਕਾਲ ਪੁਰਖ ਦੀਆਂ, ਆਪਣੇ ਮਾਂ ਪਿਓ ਦੀਆਂ। ਐਡਾ ਝੂਠਾ ਬੰਦਾ ਸਾਰੀ ਦੁਨੀਆ 'ਚ ਨਹੀਂ। ਕਹਿੰਦਾ ਮੈਂ ਕਿਸੇ ਨੂੰ ਧਮਕੀਆਂ ਨਹੀਂ ਕਦੀ ਦਵਾਈਆਂ, ਮੈਂ ਤੈਨੂੰ ਸੁਣਾਉਣਾ। ਮੈਨੂੰ ਧਮਕੀ ਦਵਾਈ ਤੂੰ ਵੀ ਤੇਰੇ ਘਰੇ ਹੀ ਜਾਣਾ, ਤੂੰ ਕੋਲ ਬੈਠਾ ਹੱਸਦਾ ਸੀ ਜਿਹੜਾ ਮਸਕਰੇ ਹੱਸੇ ਆ ਨਾ, ਉਹ ਵੀ ਤੈਨੂੰ ਸੁਣਾਉਣਾ। ਪਹਿਲਾਂ ਗੱਲ ਕਰਦੇ ਹਾਂ ਕੰਮ ਦੀ। ਤੇ ਜਿਹੜੀਆਂ ਉਹਦੇ ਕਈ ਬੰਦੇ ਮੈਨੂੰ ਮੈਸੇਜ ਕਰਦੇ, ਭਾਜੀ ਭੇਡਾਂ ਨਾ ਕਿਹਾ ਕਰੋ। ਵੀਰੇ ਭੇਡਾਂ ਸਾਰਿਆਂ ਨੂੰ ਨਹੀਂ ਕਹਿੰਦਾ, ਮੈਂ ਭੇਡਾਂ ਨੂੰ ਭੇਡਾਂ ਕਹਿੰਦਾ। ਤੇ ਆਹ ਦੇਖੋ ਦੁਨੀਆ 1970 'ਚ 50 ਸਾਲ ਪਹਿਲਾਂ ਕਾਰਾਂ ਉਡਾਉਣ ਲੱਗ ਪਈ ਸੀ, ਉੱਡਣ ਵਾਲੀ ਕਾਰ ਬਣਾਈ ਸੀ ਆ ਬੰਦੇ ਨੇ, ਹੈਨਰੀ ਸਿਮਲਸਕਰ ਨੇ। ਆਹ ਦੇਖ ਲਓ ਜੀ, ਜਦੋਂ ਰੋਡ 'ਤੇ ਚੱਲਦੀ ਸੀ ਖੰਭ ਲਾ ਕੇ ਰੋਡ 'ਤੇ ਤੁਰੇ ਰਹੋ ਨਹੀਂ ਤਾਂ ਉੱਡ ਜਾਂਦੀ ਸੀ। ਆਹ ਦੇਖੋ 50 ਸਾਲ ਪਹਿਲਾਂ ਲੋਕਾਂ ਨੇ ਉੱਡਣੀਆਂ ਕਾਰਾਂ ਬਣਾਤੀਆਂ, ਤੁਸੀਂ ਅਜੇ ਵੀ। ਮੈਂ ਕਮੈਂਟ ਦੇਖਦਾ ਹੁੰਦਾ, ਗੋਲਡੀ ਸਾਡਾ ਆਇਆ, ਗੋਲਡੀ ਸਾਡਾ ਆਇਆ। ਯਾਰ ਆ ਜਿਹੜੀਆਂ ਔਰਤਾਂ ਨਾ, ਔਰਤਾਂ ਸਾਰੀਆਂ ਨੂੰ ਨਹੀਂ ਕਹਿੰਦਾ, ਮੋਸਟਲੀ ਔਰਤਾਂ, ਲੇਡੀਆਂ, ਕੁੜੀਆਂ, ਜਨਾਨੀਆਂ, ਇਹ ਯਾਰ ਇਹਨਾਂ ਦਾ ਮਤਲਬ ਭਈ ਕੁਦਰਤ ਵੱਲੋਂ ਹੀ ਹੈ ਨਾ। ਫੇਰ ਮੈਂ ਕਹਿੰਦਾ ਸਾਰੀਆਂ ਨੂੰ ਨਹੀਂ ਕਹਿੰਦਾ, ਇਹਨਾਂ ਦਾ ਕੁਦਰਤ ਵੱਲੋਂ ਹੀ ਦਿਮਾਗ ਜ਼ਿਆਦਾ ਘੱਟ ਬਣਾਇਆ ਹੁੰਦਾ ਹੈ ਨਾ, ਭਈ ਪਖੰਡੀਆਂ ਪਿੱਛੇ ਵੀ ਇਹੀ ਸਭ ਤੋਂ ਜ਼ਿਆਦਾ, ਅਤੇ ਗੋਲਡੀ ਦਾ ਪੱਖ ਵੀ ਇਹੀ। ਮੈਂ ਕਮੈਂਟ ਰੀਡ ਕੀਤੇ ਸਾਰੀਆਂ, ਕੁੱਤੇ ਭੌਂਕਦੇ ਰਹਿੰਦੇ ਹੁਣ ਤੁਹਾਨੂੰ ਦਿਖਾਉਣੇ, ਕੁੱਤੇ ਦੋ ਮੂੰਹੇ ਕੁੱਤੇ ਦਿਖਾਉਣੇ ਤੁਹਾਨੂੰ, ਆਂਟੀ ਉਹ ਤੁਹਾਡੀਆਂ ਦੋਏ ਲੱਤਾਂ ਪਾੜਨੀਆਂ ਆ, ਹੱਦ ਆ ਯਾਰ ਤੁਹਾਡੀ। ਆਹ ਦੇਖੋ ਉੱਡਣ ਵਾਲੀ ਕਾਰ ਦਿਖਾਉਣਾ ਤੁਹਾਨੂੰ, ਅਤੇ ਗੋਲਡੀ ਦਾ ਵੀ ਸੁਣਾਉਣਾ ਧਮਕੀਆਂ ਦਿੰਦਾ। ਬਣਾਤੀਆਂ ਤੁਸੀਂ ਅਜੇ ਵੀ, ਗੋਲਡੀ ਸਾਡਾ, ਉਹ ਗੋਲਡੀ ਯਾਰ ਉਹਦਾ ਠੱਗ। ਮੈਂ ਤੁਹਾਨੂੰ ਦੱਸਦਾ ਉਹਦੀ ਪਹਿਲਾਂ ਮੈਂ ਵੀਡੀਓ ਸੁਣੀ, ਉਹ 'ਚ ਇੱਕ ਗੱਲ ਨੋਟਿਸ ਕਰਿਓ ਯਾਰ, ਝੂਠੇ ਬੰਦੇ ਤਾਂ ਪੈਰੇ ਨਹੀਂ ਹੁੰਦੇ। ਸਭ ਤੋਂ ਮਿੱਠਾ ਕੌਣ ਬੋਲਦਾ? ਝੂਠਾ ਬੰਦਾ ਬੋਲਦਾ। ਆਪਾਂ ਸੱਚੇ, ਆਪਾਂ ਹਿੱਕ ਤਾਣ ਕੇ ਬੋਲਦੇ, ਭਾਵੇਂ ਜਿਹਨੂੰ ਕਿਸੇ ਨੂੰ ਕਿੱਦਾਂ ਮਰਜ਼ੀ ਲੱਗੇ। ਉਹਦੀ ਵੀਡੀਓ ਦੇਖਿਓ, ਸਾਰੀ ਸੁਣਿਓ ਦੁਬਾਰਾ, 23 ਮਿੰਟ ਦੀ ਵੀਡੀਓ। ਸੰਗਤ ਜੀ, ਸੰਗਤ ਜੀ, ਸੰਗਤ ਜੀ, ਸੰਗਤ ਜੀ, ਸੰਗਤ ਜੀ, 10 ਮਿੰਟ ਦੀ ਮੈਂ ਸੁਣੀ ਦੁਬਾਰਾ। ਮੈਂ ਸੰਗਤ ਜੀ ਟੋਟਲ ਕਾਊਂਟ ਕਰਨਾ ਸੀ, 10 ਮਿੰਟ 'ਚ 60 ਵਾਰ ਕਹਿਤਾ ਪਹਿਲੇ 10 ਮਿੰਟ 'ਚ, ਸੰਗਤ ਜੀ। ਹੱਦ ਆ ਯਾਰ, ਬੰਦਾ ਸੱਚ ਆ। ਉਹ ਸਾਰੇ ਸਕ੍ਰਿਪਟਡ ਚੀਜ਼ਾਂ ਸੀ, ਜਦੋਂ ਉਹ ਮਤਲਬ ਨੈਚੁਰਲ ਬੋਲਿਆ ਉਸਲੇ ਬੋਲਿਆ, ਜਦੋਂ ਗੱਲ ਕਰਦਾ ਵੀ ਕੁੜੀਆਂ ਨੂੰ ਦਾਜ ਦੇਣ ਦੀ, ਉਸਲੇ ਨਹੀਂ ਉਹਨੇ ਸੰਗਤ ਜੀ ਕਿਹਾ, ਨਹੀਂ ਬਾਕੀ ਸੰਗਤ ਜੀ। ਸੁਣਿਓ ਉਹਦੀ, ਮੈਨੂੰ ਵੀ ਯਾਰ ਗਿਣ ਕੇ ਦੱਸਿਓ, 23 ਮਿੰਟ 'ਚ ਉਹਨੇ ਸੰਗਤ ਜੀ ਕਿੰਨੀ ਵਾਰ ਕਿਹਾ? ਮੇਰਾ ਤਾਂ ਸਿਰ ਦੁਖਣ ਲੱਗ ਪਿਆ, 10 ਮਿੰਟ 'ਚ ਉਹਨੇ 60 ਵਾਰ ਕਹਿ ਦਿੱਤਾ ਸੀ ਸੰਗਤ ਜੀ। ਬਾਦਲ ਸਾਹਿਬ ਜਿੰਦਾਬਾਦ, ਸੰਗਤ ਦਰਸ਼ਨ ਤਾਂ ਬਾਦਲ ਸਾਹਿਬ ਕਰਦੇ ਸੀ ਭਰਾਵੋ। ਮੈਂ ਬਾਦਲ ਦਾ ਪ੍ਰਸ਼ੰਸਕ ਨਹੀਂ, ਕਈ ਇੱਕ ਅੰਗਰੇਜ਼ੀ 'ਚ ਅੱਖਰ ਆ ਸਰਕਾਜ਼ਮ ਜਿਹਾ, ਹੈ ਨਾ, ਮਤਲਬ ਇੱਦਾਂ ਦਾ ਕੁਛ ਹੈਗਾ, ਹੈ ਨਾ, ਵੀ ਟੌਂਚ ਕਰਨੀ, ਤੁਸੀਂ ਸੀਰੀਅਸ ਨਾ ਲੈ ਜਾਇਆ ਕਰੋ। ਜਿਵੇਂ ਬਾਦਲ ਸਾਹਿਬ ਜਿੰਦਾਬਾਦ ਗਿਆ, ਮੇਰੇ ਪਿੱਛੇ ਨਾ ਪੈ ਜਾਓ ਵੀ ਤੂੰ ਬਾਦਲ ਦਾ ਭਗਤ ਆ ਭਰਾਵੋ। ਅਤੇ ਹਾਂਜੀ ਹੁਣ ਗੱਲ ਗਾਂਹ ਦੀ ਕਰਦੇ ਹਾਂ, ਭੌਂਦੇ ਰਹਿੰਦੇ ਆ, ਦੋ ਮੂੰਹੇ ਕੁੱਤੇ ਆ, ਫਿਰ ਸਾਡੇ ਕੋਲ ਦੋਏ ਲੱਤਾਂ ਪਾੜਨੀਆਂ, ਫਿਰ ਟੀਕੇ ਵੀ ਧੁੰਨੀ 'ਚ 14 ਦੀ ਜਗ੍ਹਾ 28 ਲੱਗਣੇ ਆ, ਹੈ ਨਾ ਭਈ। ਇਹ ਨਾਲੇ ਤੱਥ ਵੀ ਦੱਸਤਾ ਤੁਹਾਨੂੰ, ਦੁਨੀਆ ਨੇ 50-100 ਸਾਲ ਪਹਿਲਾਂ ਕੁੱਤਿਆਂ ਦੇ 2 ਸਿਰ ਲਾ ਦਿੱਤੇ ਸੀ। ਆ ਦੇਖ ਲਓ, ਇਹ ਉੱਦਾਂ ਹੀ ਨਹੀਂ, ਉਹਦਾ ਸਰੀਰ ਪਾੜ ਕੇ ਨਹੀਂ ਵਿੱਚ ਪਾੜਤਾ ਝੋਲੇ 'ਚ ਕੁੱਤਾ, ਇਹ ਅਸਲੀ ਆ, ਰਸ਼ੀਆ ਦਾ ਸੀ ਇਹ ਸਾਇੰਟਿਸਟ, ਤੁਹਾਡੇ ਸਾਹਮਣੇ ਆ ਫੋਟੋ। ਇਹ ਜੀਂਦੇ ਵੀ ਰਹੇ, ਮਰੇ ਵੀ ਨਹੀਂ, ਇਹਨੇ ਕਈਆਂ ਕੁੱਤਿਆਂ ਦੇ 2-2 ਸਿਰ ਲਾ ਦਿੱਤੇ ਪਤੰਦਰ ਨੇ। ਕਹਿੰਦਾ ਵਿਹਲਾ ਬੈਠਾ ਕੁਛ ਕਰ ਲਈਏ, ਕਰਨਾ ਕੀ ਆ, ਕੁੱਤੇ ਫੜੇ ਤੇ ਕੁੱਤਿਆਂ ਦੇ 2-2 ਸਿਰ ਲਾ ਦਿੱਤੇ। ਇੱਦਾਂ ਹੀ ਮੈਂ ਇੱਕ ਹੋਰ ਵਿਗਿਆਨੀ ਦੀ ਪਾਈ ਸੀ, ਉਹ ਬੰਦੇ ਜੀਂਦੇ ਕਰਨ ਲੱਗਾ ਸੀ, ਬੰਦੇ ਤਾਂ ਜੀਂਦੇ ਹੋਏ ਨਹੀਂ, ਪਤੰਦਰ ਨੇ 5 ਕੁੱਤੇ ਮਾਰਤੇ ਸੀ ਅਤੇ 3 ਕੁੱਤੇ ਮਾਰ ਕੇ ਜੀਂਦੇ ਕਰ ਲਏ ਸੀ। ਉਹ ਦੁਬਾਰਾ ਪੋਸਟ ਕਰ ਦੂੰਗਾ ਵੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ, ਤੁਸੀਂ ਉਹੀ ਠੱਗਾਂ ਪਿੱਛੇ ਲੱਗੇ ਹੋ ਯਾਰ। ਕੋਮਨ, ਸਹੀ ਗੱਲ, ਸਿਆਣੇ ਸੱਚ ਕਹਿੰਦੇ, ਜਿਹੜੀ ਕੋਮਨ ਸੈਂਸ ਹੈ ਉਹ ਅੱਜ ਕੱਲ੍ਹ ਕੋਮਨ ਹੈ ਨਹੀਂ ਗੀ। ਵੀ ਉਹਦੀ ਤਾਂ ਵੀਡੀਓ ਤੋਂ ਮੂੰਹ ਤੋਂ ਹੀ ਝਲਕਦਾ ਝੂਠ ਬੋਲਦਾ ਯਾਰ, ਬੰਦੇ 'ਚ ਕੌਨਫੀਡੈਂਸ ਤਾਂ ਹੋਵੇ, ਸੱਚਾ ਬੰਦਾ ਇੱਕ ਠੋਕ ਕੇ ਗੱਲ ਕਰਦਾ, ਸੰਗਤ ਜੀ। ਗੋਲਡੀ, ਗੋਲਡੀ ਤੋਂ ਵੱਡੇ ਵੱਡੇ ਠੱਗ ਬੈਠੇ ਤੁਹਾਨੂੰ ਦਿਖਾਉਣਾ।
ਕਹਿੰਦਾ ਹੁਣ ਮੈਂ ਪੰਜਾਬ ਠੱਗ ਲਿਆ, ਦੁਨੀਆ ਬਰੇ ਤੋਂ ਬਰੇ ਤੇ ਲੋਕ ਘਰੇ ਤੋਂ ਘਰੇ। ਆ ਹੈਗਾ ਮਿਲੀ ਪਨੀਲੀ, ਮਤਲਬ ਗੋਲਡੀ ਪਨੀਤ। ਇਹਨੇ ਕੀ ਕੀਤਾ ਸੀ, ਗ੍ਰੈਮੀ ਪੁਰਸਕਾਰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਗਿਣਿਆ ਜਾਂਦਾ, ਜਿੱਦਾਂ ਔਸਕਰ ਫਿਲਮਾਂ ਲਈ ਆ, ਗ੍ਰੈਮੀ ਗਾਣਿਆਂ ਲਈ ਹੁੰਦਾ। ਇਹ ਦੋ ਬੰਦਿਆਂ ਨੇ, ਮਿਲੀ ਬਨੀਲੀ ਇਹਨਾਂ ਦਾ ਨਾਂ ਆ, ਸਰਚ ਕਰਕੇ ਦੇਖ ਲਿਓ। ਇਹਨੇ ਗ੍ਰੈਮੀ ਪੁਰਸਕਾਰ ਪਹਿਲੇ ਸਾਲ ਹੀ ਜਿੱਤ ਲਿਆ ਸੀਗਾ, ਵੀ ਇਹਨਾਂ ਦੀ ਵੋਇਸ ਸਭ ਤੋਂ ਵਧੀਆ ਸੀ। ਇਹਨੇ 1990 ਦੇ ਦਹਾਕੇ 'ਚ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਸੀ ਦੋਨਾਂ ਨੇ, ਮਿਲੀ ਬਨੀਲੀ ਨੇ, ਗੋਲਡੀ ਪਨੀਤ ਨੇ। ਬਾਅਦ 'ਚ ਪਤਾ ਕੀ ਪਤਾ ਲੱਗਾ, ਬਾਅਦ 'ਚ ਪਤਾ ਲੱਗਾ ਇਹ ਤਾਂ ਗਾਉਂਦੇ ਹੀ ਨਹੀਂ। ਹਾਂਜੀ, ਕਿਸੇ ਮਹੱਤੜ ਬੰਦੇ ਨੂੰ ਡਾਲਰ ਪੈਸੇ ਦਿੰਦੇ ਸੀ ਅਤੇ ਰਿਕਾਰਡ ਉੱਤੋਂ ਕਰਾਉਂਦੇ ਸੀ, ਅਤੇ ਨਾ ਇਹਨੇ ਆਪਣਾ ਚਮਕਾ ਲਿਆ, ਗ੍ਰੈਮੀ ਪੁਰਸਕਾਰ ਇਹ ਨਹੀਂ ਲੈ ਲਿਆ। ਅਤੇ ਪੰਜ ਦੇਖੋ ਵੀ ਠੱਗ ਕਿੰਨੇ ਤੇਜ਼ ਸੀ, 5-7 ਸਾਲ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗਾਣੇ ਤਾਂ ਕੋਈ ਹੋਰ ਹੀ ਗਾਉਂਦਾ ਵਿਚਾਰਾ, ਕੋਈ ਮਹੱਤੜ ਆਵਾਜ਼ ਕਿਸੇ ਹੋਰ ਦੀ ਆ, ਨਾ ਇਹਨਾਂ ਦਾ ਆ, ਮੂਹਰੇ ਨੱਚਦੇ ਇਹ ਆ। ਵੀ ਜਿੱਦਾਂ ਫਿਰ ਲਾਈਵ ਇਹ ਸ਼ੋਅ ਕਰਨ ਲੱਗੇ ਅਤੇ ਉੱਥੇ DJ ਲਾ ਕੇ ਗਾਉਂਦੇ ਹੁੰਦੇ ਸੀ ਜਿੱਦਾਂ ਅੱਜ ਕੱਲ੍ਹ ਗਾਉਂਦੇ ਆ, ਅਤੇ ਬਾਅਦ 'ਚ ਪਤਾ ਲੱਗ ਗਿਆ ਵੀ ਬਾਈ ਹੌਲੀ ਹੌਲੀ ਯਾਰ ਭੇਦ ਸੱਚ ਤਾਂ ਨਿਕਲ ਹੀ ਆਉਂਦਾ ਹੈ ਨਾ। 5-7 ਸਾਲ ਬਾਅਦ ਪਤਾ ਲੱਗਾ ਇਹ ਮਿਲੀ ਬਨੀਲੀ ਇਹਨਾਂ ਨੂੰ ਤਾਂ ਗਾਉਣਾ ਹੀ ਨਹੀਂ ਆਉਂਦਾ, ਕਿਸੇ ਹੋਰ ਦੀ ਵੋਇਸ ਨਾਲ ਇਹਨੀ ਗ੍ਰੈਮੀ ਪੁਰਸਕਾਰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਮਿਊਜ਼ਿਕ ਦਾ ਜਿੱਤ ਲਿਆ ਸੀਗਾ ਪਹਿਲੇ ਸਾਲ ਹੀ, ਵੀ ਪੂਰੇ ਵਰਲਡ 'ਚ ਛਾ ਗਏ ਸੀ। ਦੇਖ ਲਓ ਵੀ ਠੱਗ ਤਾਂ ਬਾਈ ਪਰੇ ਤੋਂ ਪਰੇ ਆ, ਠੱਗਾਂ ਦੀ ਗੱਲ ਨਟਵਰ ਲਾਲ ਦੀ ਵੀ ਸੁਣਾਉਂ, ਅਤੇ ਇੱਕ ਹੋਰ ਹੋਇਆ ਬੰਦਾ, ਉਹਨੇ ਐਫਲ ਟਾਵਰ ਹੀ 3 ਵਾਰ ਵੇਚਤਾ ਸੀ, ਉਹ ਤੁਸੀਂ ਤਾਂ ਛੋਟੀਆਂ ਛੋਟੀਆਂ ਠੱਗਣੀਆਂ ਆ ਅਤੇ ਤੁਸੀਂ ਵਹਿਮ ਪਾਲੀ ਬੈਠੇ ਆ। ਅਤੇ ਦੂਜੀ ਗੱਲ ਹੁਣ ਸੁਣਾਉਣਾ, ਆਹ ਦੇ ਧਮਕੀਆਂ ਦਿੰਦਾ ਤੂੰ ਹੈ ਨਾ ਸਾਨੂੰ, ਆਹ ਲੈ ਆ ਸੁਣ, ਫਿਰ ਇਹ ਵੀ ਸੁਣਾਉਣਾ। ਮਾਂ ਪੇ ਦੀ ਕਸਮ ਖਾ ਗਿਆ, ਕਾਲ ਪੁਰਖ ਦੀ ਕਸਮ ਖਾ ਗਿਆ, ਕਿਸੇ ਨੂੰ ਧਮਕੀ ਨਹੀਂ ਦਵਾਈ ਹੈ, ਕੋਲ ਬੈਠਾ ਤੂੰ ਮਸਕਰੇ ਹੱਸੇ ਹੱਸਦਾ। ਆ ਸੁਣੋ ਫਿਰ, ਆਹ ਦੇ ਆ ਸੁਣਿਓ, ਦਿਖਾ ਤਾਂ ਸਕਦਾ ਨਹੀਂ ਇਹਨਾਂ ਦੀ ਸ਼ਕਲ, ਸੁਣਾਈ ਦਿੰਦਾ, ਕੋਲ ਬੈਠਾ ਇਹ, ਕਈਆਂ ਨੇ ਵੀਡੀਓ ਵੀ ਸੁਣੀ ਹੋਣੀ। ਆ ਸੁਣਿਓ ਹੁਣ, ਹੈਲੋ ਸੁਣ ਲਓ, ਆ ਕੋਲ ਬੈਠਾ ਆ ਸਿਧਰੇ ਨੇ ਤੇਰੀਆਂ ਜੜ੍ਹਾਂ 'ਚ ਤੇਲ ਪਾ ਦਿੱਤਾ ਹੁਣ। ਅਤੇ ਦੂਜੀ ਗੱਲ, ਜਿਹੜੇ ਮੇਰੀਆਂ ਵੀਡੀਓ ਦੇਖਦੇ ਭਰਾਵੋ, ਮਤਲਬ ਵੀ ਤੁਹਾਡੀ ਸਪੋਰਟ ਦੀ ਲੋੜ, ਮੈਂ ਤਾਂ ਸਰੀ 'ਚ ਬੈਠਾ, ਜੇ ਪੰਜਾਬ 'ਚ ਕੁਛ ਇੱਦਾਂ ਦੀ ਹੋਈ ਤਾਂ ਤੁਸੀਂ ਸਪੋਰਟ ਕਰੋਗੇ ਮੈਨੂੰ, ਮੈਸੇਜ ਜਾਂ ਕਮੈਂਟ ਕਰਕੇ ਹੱਲਾ ਸ਼ੇਰੀ ਦੇ ਦਿਓ, ਉਨੇ 'ਚ ਹੀ ਹੱਲਾ ਸ਼ੇਰੀ ਮਿਲ ਜੂ। ਰੇਡੀਓ ਬਣਾਈ ਬੈਠੇ, ਅਜੇ ਤਾਂ ਰੇਡੀਓ ਨੇ ਕਈ ਭੇਦ ਖੋਲ੍ਹਣੇ ਆ ਪੁੱਤ। ਅਤੇ ਇਸੀ ਵੀਡੀਓ 'ਚ, ਇਸੀ ਕਲਿੱਪ ਤੋਂ ਪਹਿਲਾਂ ਬੜਾ ਕੁਛ ਕਿਹਾ ਇਹ ਬੰਦੇ ਨੇ, ਸਾਨੂੰ ਧਮਕੀਆਂ ਸ਼ਰੇਆਮ ਦਿੱਤੀਆਂ, ਅਤੇ ਹੁਣ ਵੀ ਕਹਿੰਦਾ ਇਹਨਾਂ ਦੇ ਘਰੇ ਜਾਣਾ, ਇਹ ਧਮਕੀ ਨਹੀਂ ਤਾਂ ਹੋਰ ਕੀ ਆ, ਨਾਲ ਬੈਠਾ ਇੱਥੇ ਆ ਤੁਹਾਡਾ ਗੋਲਡੀ ਠੱਗ। ਅਖੇ ਮੈਂ ਤਾਂ, ਮੈਨੂੰ ਮਾਂ ਪਿਓ ਦੀ ਸਹੁੰ, ਕਾਲ ਪੁਰਖ ਦੀ ਸਹੁੰ, ਮੈਂ ਤਾਂ ਕਦੀ ਕਿਸੇ ਨੂੰ ਕੁਛ ਕਿਹਾ ਹੀ ਨਹੀਂ, ਆ ਨਾਲ ਬੈਠਾ ਆ, ਸਹੁੰ ਖਾਣ ਲੱਗਾ ਇਹਨੂੰ ਭੁੱਲ ਜਾਂਦਾ ਆ। ਯਾਰ ਮੈਂ ਖੂਨ ਨਾਲ ਲਿਖ ਦੇਣ ਨੂੰ ਤਿਆਰ ਹਾਂ ਗੋਲਡੀ ਠੱਗ ਗਿਆ, ਜੇ ਤੁਹਾਨੂੰ ਕਿਸੇ ਦਾ ਚਿਹਰਾ ਹੀ ਨਹੀਂ ਪੜ੍ਹਨਾ ਆ, ਫਿਰ ਤੁਸੀਂ ਸਾਰੀ ਜ਼ਿੰਦਗੀ ਨਹੀਂ ਕਾਮਯਾਬ ਹੋ ਸਕਦੇ, ਅਤੇ ਗਾਂਹ ਹੋਰ ਦਿਖਾਉਣਾ ਤੁਹਾਨੂੰ। ਭਾਈ ਸੀ ਮੈਂ ਇੱਕ ਵਾਰ ਵੀਡੀਓ ਪਾ ਕੇ ਹਟ ਜਾਂਦਾ ਹੁੰਦਾ, ਮੈਨੂੰ ਵਿਊ ਦੀ ਲੋੜ ਨਹੀਂ ਹੁੰਦੀ ਵੀ ਕਿਸੇ ਦਾ ਨਾਂ ਲੈ ਕੇ, ਮੇਰੇ ਕੋਲ ਹੋਰ ਹੀ ਬੜੇ ਤੱਥ ਆ। ਇਹ ਤਾਂ ਇਹਨੇ ਠੱਗ ਨੇ ਨਾਲ ਬਾਬੇ ਦੇ ਮੈਨੂੰ ਧਮਕੀਆਂ ਦਵਾਈਆਂ, ਅਤੇ ਇਹਨਾਂ 'ਤੇ ਤਾਂ ਹੁਣ ਆਪਾਂ ਪਰਚਾ ਵੀ ਨਹੀਂ ਦਰਜ ਕਰਾ ਸਕਦੇ ਸਾਈਬਰ ਬ੍ਰਾਂਚ 'ਚ, ਵੀ ਸਾਨੂੰ ਸ਼ਰੇਆਮ ਧਮਕੀਆਂ ਦਿੰਦੇ ਆ, ਵੀ ਇਹਨਾਂ ਦੇ ਛਿੱਤਰ ਫੇਰਨੇ ਆ, ਪੁਲਿਸ ਵੀ ਇਹਨਾਂ ਦੇ ਨਾਲ ਦੀ ਆ, ਐਵੇਂ ਥੋੜ੍ਹਾ ਕਹਿੰਦਾ ਰਕੇਸ਼ ਜੀ ਡਿਪਟੀ ਕਮਿਸ਼ਨਰ, ਐਵੇਂ ਨਹੀਂ ਗੱਲਾਂ ਹੁੰਦੀਆਂ। ਅਤੇ ਹਾਂਜੀ ਆ ਰੇਡੀਓ ਜਿਹੜੇ ਖੁੱਲ੍ਹੇ ਆ ਨਾ ਬੱਸਾਂ ਟਰੱਕਾਂ 'ਚ, ਅਜੇ ਤਾਂ ਸ਼ੁਰੂਆਤ ਆ। ਅਤੇ ਹਾਂਜੀ, ਅਤੇ ਐਪਲ ਦੀ ਵੀ ਐਪ ਆ ਗਈ ਆ ਜੀ, ਅਤੇ ਐਂਡਰੋਇਡ 'ਤੇ ਵੀ ਸਾਰਾ ਕੁਛ ਸੈੱਟ ਹੋ ਗਿਆ ਆ,
ਤੇ ਇੰਦੀ ਰੇਡੀਓ ਤੁਸੀਂ ਐਪਲ ਜਾਂ ਐਂਡਰਾਇਡ 'ਚ ਇੰਦੀ ਰੇਡੀਓ ਇਕੱਠਾ ਭਰਨਾ ਆ, ਸਪੇਸ ਪਾਏ ਤੇ ਨਹੀਂ ਆਉਂਦਾ, ਇੰਦੀ ਰੇਡੀਓ ਇਕੱਠਾ ਭਰੋ ਅਤੇ ਡਾਊਨਲੋਡ ਕਰ ਲਓ ਅਤੇ ਘੰਟੇ ਤੱਕ ਫਿਰ ਬਣ ਜਾਣੇ ਆ ਇਹਨਾਂ ਦੇ ਬੈਂਡ ਵਾਜੇ ਰੇਡੀਓ 'ਤੇ। ਮਿਲਦੇ ਹਾਂ ਰੇਡੀਓ 'ਤੇ ਇੱਕ ਘੰਟੇ ਬਾਅਦ, ਅਤੇ ਸ਼ੇਅਰ ਕਰ ਦਿਓ ਜੀ ਵੀਡੀਓ ਸਾਰੇ ਪਾਸੇ 'ਤੇ ਆ, ਜਿਹੜੀਆਂ ਕਹਿੰਦੀਆਂ ਨਾ ਕੁੱਤੇ ਭੌਂਕਦੀ ਗੋਲਡੀ ਜੀ ਤੁਸੀਂ ਇੱਦਾਂ ਹੀ ਰਹੋ, ਅਸੀਂ ਤੁਹਾਡੇ ਨਾਲ ਹਾਂ, ਸੰਗਤ ਜੀ ਨਾਲ ਆ ਤੁਹਾਡੇ, ਅਨਪੜ੍ਹ ਅਨਪੜ੍ਹ ਤਾਂ ਕੀ, ਚਲੋ ਪੜ੍ਹੀਆਂ ਲਿਖੀਆਂ ਆ ਪਰ ਹੈ ਨਹੀਂ ਦਿਮਾਗ ਦਮੂਗ। ਸਹੀ ਗੱਲ ਆ, ਗੁੱਸਾ ਵੀ ਆਉਂਦਾ, ਤਰਸ ਵੀ ਆਉਂਦਾ, ਹਾਸਾ ਵੀ ਆਉਂਦਾ, ਭਈ ਮਤਲਬ ਹੈ ਨਾ ਇਹਨਾਂ ਕਰਕੇ ਬੇੜਾ ਗਰਕ ਹੋਇਆ ਪੰਜਾਬ ਦਾ, ਜਿਹੜੇ ਸਪੋਰਟ ਕਰਦੇ ਇਹਦੀ, ਉਹੀ ਕੁੜੀਆਂ ਮੋਸਟਲੀ ਔਰਤਾਂ ਫੀਮੇਲ, ਸਮਝੋ, ਤਰਕ ਨਾਲ ਗੱਲ ਕਰਿਆ ਕਰੋ। ਤਾਂ ਫਿਰ ਕਹਿੰਦਾ ਸਾਰੀਆਂ ਔਰਤਾਂ ਨੂੰ ਨਹੀਂ ਕਹਿੰਦਾ, ਮੋਸਟਲੀ ਰੇਸ਼ੋ, ਕਮੈਂਟ ਮੈਂ ਪੜ੍ਹਦਾ ਹੁੰਦਾ ਭਈ ਗੋਲਡੀ ਦੀ ਸਪੋਰਟ 'ਚ ਮੁੰਡੇ 5-7% ਆ, 93% ਕੁੜੀਆਂ ਹੀ ਆ, ਦਿਮਾਗ ਹੈ ਨਹੀਂ ਜਿਹਨਾਂ ਦਾ। ਅਤੇ ਓਕੇ, ਸਪੇਸ ਪਾ ਲਿਓ ਜੀ, ਐਂਡਰਾਇਡ ਅਤੇ ਐਪਲ 'ਤੇ ਐਪ ਆ ਗਈ ਆ, ਅਤੇ ਆ 1000+ ਡਾਊਨਲੋਡ ਹੀ ਪਤੰਦਰ ਦਾ ਦਿਖਾਈ ਜਾਂਦਾ, 6000 ਡਾਊਨਲੋਡ ਹੋ ਗਈ ਆ, ਚਲੋ ਬਦਲ ਜੂ ਆਪ ਹੀ, ਐਂਡਰਾਇਡ 'ਤੇ 6000 ਤੋਂ ਵੱਧ ਹੋ ਗਈ। ਥੈਂਕ ਯੂ ਭਰਾਵਾਂ ਦਾ, ਅਤੇ ਐਪਲ ਦੀ ਵੀ, ਜੇ ਆਪ ਸਰਚ ਕਰਨੀ ਹਿੰਦੀ ਰੇਡੀਓ ਇਕੱਠਾ ਬਿਨਾਂ ਸਪੇਸ ਤੋਂ, ਅਤੇ ਲਿੰਕ ਮੈਂ ਇਸ ਪੋਸਟ ਦੇ ਉੱਤੇ ਐਂਡਰਾਇਡ ਅਤੇ ਐਪਲ ਦੋਨਾਂ ਦਾ ਪਾ ਦਿੰਦੇ, ਰੇਡੀਓ 'ਤੇ ਮਿਲਦੇ ਹਾਂ, ਜਿਹੜੇ ਬੱਸਾਂ ਟਰੱਕਾਂ 'ਚ ਖੋਲੇ ਇੰਦੀ ਪਿੰਦੀ ਚਿੰਦੀ ਬਣਾਉਣੇ ਤੇਰੀ ਭਿੰਡੀ, ਰੁਕ ਜਾ। ਅਤੇ ਓਕੇ, ਅਤੇ ਸਾਰੇ ਹੀ ਹੱਸਦੇ ਰਹੋ, ਵੱਸਦੇ ਰਹੋ, ਤੁਹਾਡਾ ਆਪਣਾ ਹਿੰਦੀ ਜਸਵਾਲ, ਪਿੰਡ ਨਰੂੜ। ਮਿਲਦੇ ਹਾਂ ਜੀ ਰੇਡੀਓ 'ਤੇ ਘੰਟੇ ਬਾਅਦ, ਅਤੇ ਸ਼ੇਅਰ ਕਰਿਓ ਸਾਰੇ ਪਾਸੇ, ਅਤੇ ਕਮੈਂਟ ਜਾਂ ਮੈਸੇਜ ਕਰਕੇ ਹੱਲਾ ਸ਼ੇਰੀ ਦੇ ਦਿਓ ਬਾਈ, ਫਗਵਾੜੇ ਏਰੀਏ ਵਾਲੇ ਉਹ ਸਪੈਸ਼ਲ, ਜੇ ਕੋਈ ਗੱਲਬਾਤ ਹੋਈ ਖੜੂੰਗੇ ਨਾਲ, ਆ ਜਾਓ ਫਿਰ ਕਰ ਦਿਓ ਸ਼ੇਅਰ, ਅਦਿਓਸ। ਦਰਸ਼ਕੋ ਡੀ ਨਿਊਜ਼ ਲੈ ਕੇ ਆਪਣੇ ਪਿਆਰੇ ਪਿਆਰੇ ਦਰਸ਼ਕਾਂ ਲਈ ਇੱਕ ਨਵੀਂ ਸਕੀਮ। ਇਸ ਸਕੀਮ ਦੇ ਵਿੱਚ ਤੁਸੀਂ ਹਰ ਹਫ਼ਤੇ ਜਿੱਤ ਸਕੋਗੇ ਬਹੁਤ ਹੀ ਪਿਆਰੇ ਪਿਆਰੇ ਗਿਫਟ। ਕਰਨਾ ਕੀ ਹੈ ਤੁਸੀਂ? ਤੁਸੀਂ ਕਰਨਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ, ਸਾਡੀਆਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ, ਅਤੇ ਨੀਚੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸਾਡੇ ਚੈਨਲ ਦੇ ਬਾਰੇ ਵਿੱਚ, ਸਾਡੀਆਂ ਵੀਡੀਓਜ਼ ਦੇ ਬਾਰੇ ਵਿੱਚ ਆਪਣੇ ਕਮੈਂਟ ਲਿਖਣੇ ਹੈ, ਅਤੇ ਨਾਲ ਹੀ ਲਿਖ ਦੇਣਾ ਹੈ ਆਪਣਾ ਮੋਬਾਈਲ ਨੰਬਰ, ਔਰ ਉਹਨਾਂ ਮੋਬਾਈਲ ਨੰਬਰਾਂ ਦੇ ਆਧਾਰ 'ਤੇ ਅਸੀਂ ਹਰ ਹਫ਼ਤੇ ਆਪਣੇ ਦਰਸ਼ਕਾਂ ਦੇ ਵਿੱਚੋਂ ਇੱਕ ਦਰਸ਼ਕ ਚੁਣਾਂਗੇ ਅਤੇ ਉਹਨੂੰ ਦੇਵਾਂਗੇ ਬਹੁਤ ਹੀ ਆਕਰਸ਼ਕ ਅਤੇ ਪਿਆਰੇ ਪਿਆਰੇ ਗਿਫਟ। ਅਤੇ ਇਸਦਾ ਰਿਜ਼ਲਟ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਪਰ ਜਾ ਕੇ ਹਰ ਐਤਵਾਰ ਨੂੰ 9 ਵਜੇ ਦੇਖ ਸਕੋਗੇ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੁਣੇ ਕਰੋ, ਅਤੇ ਸਾਡੀਆਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ।